ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਅਰਨ ਕੁਮਾਰ ਮੇਰਾ ਭਰਾ ਬਣਿਆ ਧਰਮ ਦਾ ਤੇ ਉਹਨੂੰ ਉਹਦੇ ਕੋਲ ਕੀ ਰਾਈਟ ਸੀ, ਉਹਦੇ ਕੋਲ ਕੀ ਸਬੂਤ ਸੀਗਾ ਕਿ ਮੈਂ ਗਲਤ ਹਾਂ। ਦੇਖੋ ਜੀ, ਮੈਂ ਉਹਨੂੰ ਪਹਿਲਾਂ ਕਦੀ ਨਹੀਂ ਮਿਲੀ ਕਿਉਂਕਿ ਉਹ ਮਿਲਣ ਦੇ ਲਾਇਕ ਹੀ ਨਹੀਂ ਕਿਸੇ ਦੇ, ਤੇ ਮੇਰੀ ਇਹ ਮੰਗ ਹੈ ਕਿ ਇਹ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਇਹਦੇ 'ਤੇ ਪਰਚਾ ਦਰਜ ਹੋਣਾ ਚਾਹੀਦਾ। ਮੈਂ ਇਸ ਤਰ੍ਹਾਂ ਚੁੱਪ ਕਰਕੇ ਨਹੀਂ ਬੈਠੂੰਗੀ। ਇਹਦੇ 'ਤੇ ਪਰਚਾ ਹੋਵੇ, ਕਾਨੂੰਨੀ ਕਾਰਵਾਈ ਹੋਵੇ, ਅਸੀਂ ਸਜ਼ਾ ਦੇ ਹੱਕਦਾਰ ਹੋਵਾਂਗੇ ਜੇ ਉਹ ਸਬੂਤ ਸੱਚ ਹੋਣਗੇ ਸਾਡੇ ਸਾਹਮਣੇ, ਇੱਕ ਵੀ ਸਬੂਤ ਲੈ ਕੇ ਆਉਣ। ਸਾਇੰਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਰਵੀਗਲ। ਜਿਵੇਂ ਬੀਤੀ 2 ਦਿਨ ਪਹਿਲਾਂ ਇੱਕ SI ਅਰੁਣ ਕੁਮਾਰ ਦੀ ਵਾਈਫ ਵੱਲੋਂ ਬਾਬਾ ਦੀਪ ਸਿੰਘ ਨਗਰ ਦੇ ਵਿੱਚ ਹਾਈ ਵੋਲਟੇਜ ਡਰਾਮਾ ਕੀਤਾ ਗਿਆ ਸੀ। ਉਹਦੇ ਵੱਲੋਂ ਕਾਫੀ ਕੁਛ ਆਪਣੇ ਪਤੀ ਦੇ ਖਿਲਾਫ ਇਲਜ਼ਾਮ ਲਗਾਏ ਗਏ ਸੀਗੇ। ਅਸੀਂ ਸਾਡੀ ਸਾਇੰਸ ਟੀਵੀ ਦੀ ਟੀਮ ਉਹਨਾਂ ਦੇ ਘਰ ਪਹੁੰਚੀ ਹੈ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਸੱਚਾਈ ਕੀ ਹੈ, ਕਿਉਂਕਿ ਉਹਨਾਂ ਦੀ ਵਾਈਫ ਵੱਲੋਂ ਬਹੁਤ ਗਲਤ ਇਲਜ਼ਾਮ ਇਹਨਾਂ 'ਤੇ ਲਗਾਏ ਗਏ ਸੀਗੇ। ਹਾਂਜੀ ਆਂਟੀ, ਕੀ ਨਾਮ ਜੀ ਤੁਹਾਡਾ? ਸੁਲਿੰਦਰ ਕੌਰ ਜੀ। ਜਿਵੇਂ 2 ਦਿਨ ਪਹਿਲੇ ਇੱਥੇ ਇੱਕ ਡਰਾਮਾ ਵੀ ਹੋਇਆ SI ਅਰੁਣ ਕੁਮਾਰ ਜੀ ਦੀ ਵਾਈਫ ਵੱਲੋਂ, ਕਾਫੀ ਅਪਸ਼ਬਦ ਵੀ ਤੁਹਾਨੂੰ ਕਹੇ ਗਏ, ਕਾਫੀ ਗਲਤ ਟਿੱਪਣੀਆਂ ਕੀਤੀਆਂ ਗਈਆਂ, ਕੀ ਸੱਚਾਈ ਕੀ ਹੈ? ਦੇਖੋ ਜੀ, ਸੱਚਾਈ ਕੁਛ ਨਹੀਂ ਕਿ ਮੇਰਾ ਅਰੁਣ ਕੁਮਾਰ ਮੇਰਾ ਭਰਾ ਬਣਿਆ ਧਰਮ ਦਾ, ਉਹ ਮੇਰੇ ਘਰ, ਮੇਰੇ ਬ੍ਰਦਰ ਬਿਮਾਰ ਹੈ, ਉਹ ਵੀਲਚੇਅਰ 'ਤੇ ਨੇ ਬ੍ਰਦਰ ਮੇਰੇ, ਉਹਨਾਂ ਦੀਆਂ ਲੱਤਾਂ ਜਿਹੜੀਆਂ ਮਤਲਬ ਹੋਸਪਿਟਲ ਲਾ ਚੱਲ ਰਿਹਾ ਸ਼੍ਰੀਮਾਨ ਦੇ, ਅਤੇ ਮੈਂ ਉਹਨਾਂ ਨੂੰ ਫੋਨ ਕੀਤਾ ਸੀਗਾ ਕਿ ਭਾਅ ਜੀ ਤੁਸੀਂ ਕਿਸ ਟਾਈਮ ਫ੍ਰੀ ਹੋਣਾ, ਕਿ ਮੈਨੂੰ ਤੁਸੀਂ ਨਾ ਥੋੜ੍ਹੀ ਜਿਹੀ ਦਵਾਈ ਚਾਹੀਦੀ, ਗੋਜ਼ ਵਗੈਰਾ ਪੱਟੀਆਂ ਕਰਨੀਆਂ, ਡਾਇਪਰ ਡੂਪਰ ਚਾਹੀਦੇ, ਦਵਾਈਆਂ ਮੈਨੂੰ ਲੈ ਕੇ ਦੇ ਜਾਓ। ਉਹ ਕਹਿੰਦੇ ਕਿ ਮੈਂ ਛੁੱਟੀ ਤੋਂ ਬਾਅਦ ਲੈ ਕੇ ਤੁਹਾਨੂੰ ਫੜਾ ਜਾਵਾਂਗਾ, ਫਿਰ ਮੈਂ ਘਰ ਚੱਲ ਜਾਣਾ, ਮੈਂ ਇੱਥੋਂ ਫੜਾ ਕੇ ਅਤੇ ਵਾਪਸੀ ਜਾਵਾਂਗਾ। ਅਜੇ ਬ੍ਰਦਰ ਆਏ ਸੀਗੇ, ਅੰਦਰ ਵੜੇ ਸੀ, ਅਸੀਂ ਵਿਹੜੇ ਦੇ ਵਿੱਚ ਆਪਣੇ ਮੰਜਾ ਡਾਇਆ, ਸਾਰੀ ਫੈਮਿਲੀ ਬੈਠੀ ਹੋਈ ਸੀ, ਮੇਰੀ ਮਦਰ, ਮੇਰੇ ਬ੍ਰਦਰ, ਮੇਰੀ ਇੱਕ ਸਿਸਟਰ ਆਈ ਹੋਈ ਸੀਗੀ, ਬੇਟੀ ਸੀ ਮੇਰੀ, ਅਤੇ ਬੈਠੇ ਹੋਏ ਸੀ। ਇੱਦਾਂ ਕਰਦੇ ਕਰਦੇ ਗੇਟ ਖੁੱਲ੍ਹਾ ਹੋਇਆ ਸੀ, ਉਹ ਗੇਟ ਖੁੱਲ੍ਹਾ, ਅੰਦਰ ਆਏ ਹੈ, ਅੰਦਰ ਆਉਂਦੇ ਉਹਨਾਂ ਨੇ ਮਤਲਬ ਬੜੇ ਗੰਦੇ ਸ਼ਬਦ ਬੋਲੇ, ਗਾਲੀ ਗਲੋਚ ਕੀਤੀ, ਮੇਰੀ ਬੇਟੀ ਨੂੰ ਇੱਦਾਂ ਇੱਥੇ ਧੱਕਾ ਦਿੱਤਾ ਖੜੀ ਨੂੰ ਕਿਚਨ ਦੇ ਲਾਗੇ, ਅਤੇ ਮੈਂ ਅੰਦਰ ਪਾਣੀ ਪੂਣੀ ਭੈਣ ਜੀ ਨੂੰ ਦਿੰਦੀ ਪਈ ਸੀਗੀ, ਇੱਦਾਂ ਕਰਦੇ ਕਰਦੇ ਗਾਲੀ ਗਲੋਚ ਕਰਦੇ, ਬੇਟੀ ਨੂੰ ਉਹਨਾਂ ਨੂੰ ਕਿਹਾ ਕਿ ਆਂਟੀ ਬਾਹਰ ਚਲੋ, ਇੱਦਾਂ ਦੇ ਸ਼ਬਦ ਨਹੀਂ ਬੋਲੀਦੇ, ਮੇਰੇ ਮਾਮਾ ਜੀ ਹੈ। ਅਤੇ ਕਰਦੇ ਕਰਦੇ ਬਾਹਰ ਜਾਂਦੇ ਜਾਂਦੇ ਉਹਨੇ ਫਿਰ ਉੱਥੋਂ ਇੱਟਾਂ ਲਿਆਉਂਦੀਆਂ ਫੜ ਕੇ ਅਤੇ ਵਿਹੜੇ ਦੇ ਵਿੱਚ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਅਤੇ ਉਹਨੂੰ ਉਹਦੇ ਕੋਲ ਕੀ ਰਾਈਟ ਸੀ, ਉਹਦੇ ਕੋਲ ਕੀ ਸਬੂਤ ਸੀਗਾ ਕਿ ਮੈਂ ਗਲਤ ਹੈ? ਕੋਈ ਉਸਨੇ ਗਲਤ ਨਹੀਂ ਦੇਖਿਆ, ਉਹਨੇ ਕਿਸ ਤਰੀਕੇ ਨਾਲ ਮਤਲਬ ਇਹ ਜਿਹੜਾ ਮਤਲਬ ਮੀਡੀਆ ਦੇ ਉੱਤੇ ਪਾਈ ਹੈ ਸੋਸ਼ਲ ਮੀਡੀਆ ਦੇ ਉੱਤੇ, ਉਹਦੇ ਕੋਈ ਰਾਈਟ ਹੈਗਾ ਸੀਗਾ? ਕੋਈ ਰਾਈਟ ਨਹੀਂ, ਮੈਨੂੰ ਕੋਈ ਗਲਤ ਨਹੀਂ ਦੇਖਿਆ, ਉਹ ਮੇਰਾ ਭਰਾ ਬਣਿਆ ਧਰਮ ਦਾ, ਜਾਂ ਤਾਂ ਉਹਨੇ ਕੋਈ ਗਲਤ ਦੇਖਿਆ ਉਹ ਤਾਂ ਪਾ ਸਕਦੀ ਸੀਗੀ, ਠੀਕ ਹੈ? ਇਹ ਸਾਰੀ ਸਰਾਸਰ ਜਿਹੜੀ ਵੀ ਜਿੰਨੀ ਵੀ ਉਹਨੇ ਮੀਡੀਆ ਦੇ ਉੱਤੇ ਪਾਈ, ਸਰਾਸਰ ਝੂਠ ਗੱਲ ਹੈ, ਕੋਈ ਇੱਦਾਂ ਦੀ ਗੱਲ ਨਹੀਂ, ਮੇਰਾ ਕੋਈ ਉਹਦੇ ਨਾਲ ਐਸਾ ਸੰਬੰਧ ਨਹੀਂ, ਮੇਰਾ ਉਹ ਭਰਾ ਹੈ, ਹੁਣ ਵੀ ਭਰਾ ਹੈ ਅਤੇ ਪਹਿਲਾਂ ਵੀ ਭਰਾ ਸੀਗਾ। ਨਹੀਂ, ਜਿਵੇਂ ਭੈਣ ਭਰਾ ਦੇ ਪਿਆਰ ਨੂੰ ਜਾਂ ਭੈਣ ਭਰਾ ਦੇ ਪਿਆਰ ਨੂੰ ਉਹ ਬਦਨਾਮ ਕਰ ਰਹੇ, ਤੁਸੀਂ ਕਦੀ ਉਹਨਾਂ ਨਾਲ ਆਪਸ 'ਚ ਤੁਹਾਡਾ ਪਹਿਲੇ ਮੇਲ ਜੋਲ ਨਹੀਂ ਹੋਇਆ ਕਿ ਤੁਸੀਂ ਉਹਨਾਂ ਨੂੰ ਪਤਾ ਹੋਵੇ, ਕਿਉਂਕਿ ਉਹਨਾਂ ਵੱਲੋਂ ਇਲਜ਼ਾਮ ਬੜੇ ਗਲਤ ਲਗਾਏ ਗਏ ਨੇ? ਦੇਖੋ ਜੀ, ਮੈਂ ਉਹਨੂੰ ਪਹਿਲਾਂ ਕਦੀ ਨਹੀਂ ਮਿਲੀ ਕਿਉਂਕਿ ਉਹ ਮਿਲਣ ਦੇ ਲਾਇਕ ਹੀ ਨਹੀਂ ਕਿਸੇ ਦੇ, ਨਾ ਉਹ ਕਿਸੇ ਨਾਲ ਉਹਨਾਂ ਨੂੰ ਵਰਤਨ ਦਿੰਦੀ, ਆਪਣੇ ਸਕੇ ਭੈਣ ਭਰਾਵਾਂ ਨੂੰ ਨਹੀਂ ਵਰਤਨ ਦਿੰਦੀ। ਅਤੇ ਮੈਂ ਰੱਖੜੀ ਜਦੋਂ ਬਣਾਉਣ ਵਾਸਤੇ ਉਹ ਜਦੋਂ ਨਾ ਲੈਂਦਾ ਸੀ ਮੇਰੇ ਕੋਲ ਆਉਂਦਾ, ਅਤੇ ਉਦੋਂ ਕਲੇਸ਼ ਪਾ ਲੈਂਦੀ ਸੀ ਘਰ, ਇਸ ਕਰਕੇ ਉਹ ਰੱਖੜੀ ਬਣਾਉਣ ਵੀ ਨਹੀਂ ਸੀ ਆਉਂਦਾ, ਕਲੇਸ਼ ਤਾਂ ਮਾਰਾ ਕਿ ਮੇਰੇ ਘਰ ਕਲੇਸ਼ ਨਾ ਪਵੇ। ਕਿੰਨੇ ਚਿਰਾਂ ਤੋਂ ਤੁਸੀਂ ਅਰੁਣ ਕੁਮਾਰ ਜੀ ਨੂੰ ਜਾਣਦੇ ਹੋ? ਮੈਂ ਉਹਨਾਂ ਨੂੰ 6-7 ਸਾਲ ਤੋਂ ਜਾਣਦੀ ਹਾਂ, ਕਿਉਂਕਿ ਮੈਂ ਪ੍ਰਧਾਨ ਹਾਂ, ਮੈਂ ਜੋ ਵੀ ਕੋਈ ਲੜਾਈ ਝਗੜਾ ਮੁਹੱਲੇ 'ਚ ਜਾਂ ਕਿਤੇ ਵੀ ਮੈਂ ਫੈਸਲਾ ਕਰਾਉਣ ਵਾਸਤੇ ਜਾਂਦੀ ਰਹੀ ਹਾਂ, ਅਤੇ ਉੱਥੋਂ ਮੇਰੇ ਬ੍ਰਦਰ ਬਣ ਗਏ ਹੈ ਕਿ ਮੇਰੇ ਜਿਹੜੇ ਉੱਥੇ ਮੁਲਾਜ਼ਮ, ਚਲੋ ਉਹਨਾਂ ਨਾਲ ਵੀ ਵਾਕਫੀ, ਉਹ ਵੀ ਆਉਂਦੇ ਜਾਂਦੇ, ਕੋਈ ਕਿਸੇ ਦਾ ਘਰ ਪੁੱਛਣਾ ਉਹ ਵੀ ਮੈਨੂੰ ਪੁੱਛ ਕੇ ਜਾਂਦੇ ਰਹੇ, ਕਿਉਂਕਿ ਉਹ ਮੁਲਾਜ਼ਮ ਕਿਸੇ ਦੇ ਘਰ ਵੀ ਕੋਈ ਵੀ ਮੁਲਾਜ਼ਮ ਜਾ ਸਕਦਾ। ਉਸ ਟਾਈਮ ਮਾਹੌਲ ਹੀ ਇੱਦਾਂ ਦਾ ਬਣਿਆ ਪਿਆ ਸੀਗਾ ਕਿ ਉਹਨਾਂ ਨੇ ਕਾਫੀ ਗਲਤ ਟਿੱਪਣੀਆਂ ਵੀ ਤੁਹਾਡੇ 'ਤੇ ਕੀਤੀਆਂ, ਤੁਸੀਂ ਉਹ ਉਸ ਟਾਈਮ ਉਹ ਇਕੱਲੇ ਸੀਗੇ, ਤੁਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਅਰੁਣ ਕੁਮਾਰ ਜੀ ਵੀ ਕੋਈ ਗੱਲਬਾਤ ਕਰਦੇ, ਕਿਉਂਕਿ ਉਹ ਆਉਂਦੇ ਹੀ ਉਹਨਾਂ ਦਾ ਮਾਹੌਲ ਉਸ ਹਿਸਾਬ ਦਾ ਬਣਿਆ ਸੀ, ਉਹਨਾਂ ਨੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਕਿਸੇ ਤਰੀਕੇ ਅਰੁਣ ਕੁਮਾਰ ਜੀ ਉਹਨੂੰ ਬਿਠਾਉਂਦੇ ਕਿ ਤੁਹਾਡੀ ਆਪਸ ਦੇ ਵਿੱਚ ਗੱਲ ਕਰਵਾਉਂਦੇ? ਦੇਖੋ ਜੀ, ਉਹਨੇ ਕੋਈ ਗੱਲ ਹੀ ਨਹੀਂ ਸੁਣੀ ਕਿਸੇ ਦੀ, ਉਹ ਕਿਸੇ ਨੂੰ ਬੋਲਣ ਹੀ ਨਹੀਂ ਦਿੰਦੀ, ਉਹ ਤਾਂ ਕਿਸੇ ਨੂੰ ਬੋਲਣ ਨਹੀਂ ਦਿੰਦੀ, ਇਕੱਲੀ ਬੋਲੀ ਜਾਂਦੀ ਸੀਗੀ, ਇਕੱਲੀ ਉਹ ਜੋ ਗਾਲੀ ਗਲੋਚ ਕਰਦੀ ਸੀ, ਅਪਸ਼ਬਦ ਇਕੱਲੀ ਬੋਲੀ ਜਾਂਦੀ ਸੀ, ਬੇਟੀ ਨੂੰ ਬੋਲੀ ਜਾਂਦੀ ਸੀ, ਮੈਨੂੰ ਇੱਦਾਂ ਬੋਲੀ ਜਾਂਦੀ ਸੀ ਕਿ ਮੁਹੱਲੇ ਦੇ ਵਿੱਚ ਸਾਰੀਆਂ ਮਤਲਬ ਇੱਦਾਂ ਦੀਆਂ ਲੇਡੀਜ਼ ਰਹਿੰਦੀਆਂ। ਅਤੇ ਜਿਸ ਟਾਈਮ ਤੁਹਾਡੇ ਘਰ ਹੰਗਾਮਾ ਹੋਇਆ ਉਹਦੇ ਬਾਅਦ ਪੁਲਿਸ ਵੀ ਆਈ ਫੋਨ ਕਰਕੇ, ਤੁਸੀਂ ਬੁਲਾਈ ਸੀਗੀ, ਅਤੇ ਤੁਸੀਂ ਕਿਸੇ ਉੱਚ ਅਧਿਕਾਰੀ ਨੂੰ ਮਿਲੇ ਉਹਦੇ ਬਾਅਦ?
हाँ जी, उस तो बाद मैं राती अपने पहले 112 तो उस दिन कॉल की थी, उस दिन पुलिस आई सी। उस तो बाद मैं कल अपने डिवीजन नंबर 8 विच एप्लीकेशन दिती कि मैं उत्थे गई सी, एच ओ साहब नूं मिलना सीगा, वो मैनू मिले नहीं। वो कहिंदे कि किते कोई कतल हो गया, असीं उत्थे बैठे हुए हैं ते तुसीं इत्थे कंप्लेन लिखावो। मैं रात कंप्लेन लिखा के अज अपने कमिश्नर दफ्तर गई सी। कमिश्नर दफ्तर वो कहिंदे कि असीं पबलिक नूं अंदर नहीं जाण दिंदे ते रीडर साहब नूं असीं एप्लीकेशन जिहड़ियां तुहाडियां दे दांगे। ठीक, असीं उहनां नूं एप्लीकेशन दे के ते असीं वापस आ गए। की मंग चाहते हो तुसी सरकार को या पुलिस प्रशासन को? देखो जी, मेरी मंग यही है कि जिहड़ी ये लेडीज़ है, इहदा कोई राइट नहीं कि किसी के घर विच जाके इट्टा पत्थर मारनिया, किसी लेडीज़ नूं इदा जलील करना, इदा दी हरकत करनी, किसी के बच्चों से कोई गलत इल्जाम लाने। कोई भी होवे, मैं नहीं, कोई भी होवे, किसी के इल्जाम मतलब इदा के लाने नहीं चाहिए। तो मेरी ये मंग है कि ये ते कानूनी कार्रवाई की जाए, क्योंकि ये इस इन्ने मीडिया के उत्ते, सोशल मीडिया के बिना मतलब तो कोई गलत नहीं, असी कोई कुछ नहीं, इन्ने सारे इन वीडियो वायरल कराइया। कि मेरी ये मंग है कि जिहड़ी साडी इन्ने मिट्टी पलीत की, साडी बदनामी की, तो साडी वो बदनामी जिहड़ी की, मतलब अपना उत्ते माफ़ी मंगे, तो ये परचा दर्ज होना चाहिए। ठीक है, मैं इस तरह चुप करके नहीं बैठूंगी।